ਜੁਗਨ ਟਾਕਸ ਵਿੱਚ ਤੁਹਾਡਾ ਸਵਾਗਤ ਹੈ। ਸਰਕਾਰੀ ਭਰਤੀ 'ਚ 2% ਬਾਹਰਲੇ ਪੱਤਰਕਾਰ ਚਰਨਜੀਤ ਭੁੱਲਰ ਜੀ ਦੀ ਰਿਪੋਰਟ। SSS ਬੋਰਡ ਵੱਲੋਂ ਹੁਣ ਤੱਕ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ 356 ਨੌਜਵਾਨ ਭਰਤੀ ਕੀਤੇ ਗਏ ਹਨ, ਜੋ ਕਿ ਬੋਰਡ ਦੀ ਕੁੱਲ ਕੀਤੀ ਭਰਤੀ ਦਾ 2% ਬਣਦੇ ਹਨ। ਹਾਲਾਂਕਿ ਸੂਬੇ ਵਿੱਚ ਪੈ ਰਹੇ ਸਿਆਸੀ ਰੌਲੇ ਰੱਪੇ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਵੱਡੀ ਗਿਣਤੀ 'ਚ ਦੂਸਰੇ ਸੂਬਿਆਂ ਦੇ ਨੌਜਵਾਨ ਹੀ ਪੰਜਾਬ 'ਚ ਨੌਕਰੀਆਂ ਮਲ ਰਹੇ ਹੋਣ। ਇੰਨਾ ਕੁ ਜ਼ਰੂਰ ਹੈ ਕਿ ਪਸ਼ੂ ਪਾਲਣ ਵਿਭਾਗ ਅਤੇ ਪਾਵਰਕੌਮ ਟਰਾਂਸਕੋ ਵਿੱਚ ਹਰਿਆਣਾ ਅਤੇ ਰਾਜਸਥਾਨ ਦੇ ਕਾਫੀ ਨੌਜਵਾਨ ਨੌਕਰੀਆਂ ਲੈਣ ਵਿੱਚ ਸਫਲ ਹੋਏ ਹਨ। ਵੇਰਵਿਆਂ ਅਨੁਸਾਰ ਬੋਰਡ ਵਰ੍ਹਾ 2006 ਤੋਂ ਹੁਣ ਤੱਕ ਸਾਲਾਨਾ ਔਸਤਨ 1000 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਵਾਸਤੇ ਚੁਣ ਰਿਹਾ ਹੈ। ਲੰਘੇ 17.5 ਵਰ੍ਹਿਆਂ ਦੀ ਔਸਤਨ ਤੋਂ ਇਹ ਤੱਥ ਉੱਭਰੇ ਹਨ ਕਿ ਬੋਰਡ ਵੱਲੋਂ ਹਰ ਵਰ੍ਹੇ ਕਰੀਬ 1000 ਨੌਜਵਾਨ ਹੀ ਸਰਕਾਰੀ ਨੌਕਰੀ ਵਾਸਤੇ ਸਿਫਾਰਸ਼ ਕੀਤੇ ਗਏ ਹਨ। ਸਾਲ 2006 ਤੋਂ ਹੁਣ ਤੱਕ ਬੋਰਡ ਨੇ 17,864 ਉਮੀਦਵਾਰਾਂ ਨੂੰ ਨੌਕਰੀਆਂ ਵਾਸਤੇ ਸਿਫਾਰਸ਼ ਕੀਤਾ ਹੈ ਅਤੇ ਇਹਨਾਂ ਵਿੱਚੋਂ 356 ਨੌਜਵਾਨ ਪੰਜਾਬ ਤੋਂ ਬਾਹਰਲੇ ਹਨ। ਅਕਾਲੀ ਭਾਜਪਾ ਗੱਠਜੋੜ ਵੇਲੇ 2013 ਵਿੱਚ 1400 ਕਲਰਕ ਭਰਤੀ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 122 ਉਮੀਦਵਾਰ ਦੂਸਰੇ ਸੂਬਿਆਂ ਦੇ ਸਨ। ਕਾਂਗਰਸ ਸਰਕਾਰ ਸਮੇਂ 2868 ਕਲਰਕ ਭਰਤੀ ਕੀਤੇ ਗਏ ਸਨ ਅਤੇ ਇਹਨਾਂ ਵਿੱਚੋਂ 12 ਉਮੀਦਵਾਰ ਹਰਿਆਣਾ ਦੇ, 7 ਰਾਜਸਥਾਨ ਦੇ ਅਤੇ 3 ਉਮੀਦਵਾਰ ਹਿਮਾਚਲ ਪ੍ਰਦੇਸ਼ ਦੇ ਸਨ। ਅਮਰਿੰਦਰ ਸਰਕਾਰ ਸਮੇਂ ਹੀ ਬੋਰਡ ਨੇ 547 ਜੂਨੀਅਰ ਡਰਾਫਟਸਮੈਨ ਭਰਤੀ ਕੀਤੇ ਸਨ, ਜਿਨ੍ਹਾਂ 'ਚੋਂ ਚੰਡੀਗੜ੍ਹ ਦੇ 17, ਉੱਤਰ ਪ੍ਰਦੇਸ਼ ਦਾ 1, ਰਾਜਸਥਾਨ ਦੇ 25, ਹਿਮਾਚਲ ਪ੍ਰਦੇਸ਼ ਦੇ 3, ਜੰਮੂ ਕਸ਼ਮੀਰ ਦੇ 2 ਅਤੇ ਦਿੱਲੀ ਦਾ 1 ਉਮੀਦਵਾਰ ਵੀ ਸਿਫਾਰਸ਼ ਕੀਤਾ ਗਿਆ। ਇਸ਼ਤਿਹਾਰ ਨੰਬਰ 01/2021 ਤਹਿਤ ਭਰਤੀ ਕੀਤੇ ਗਏ 1131 ਉਮੀਦਵਾਰਾਂ 'ਚੋਂ ਬਾਹਰਲੇ ਸੂਬਿਆਂ ਦੇ 10 ਉਮੀਦਵਾਰ ਵੀ ਸ਼ਾਮਲ ਸਨ। ਇਹਨਾਂ ਵਿੱਚ 1 ਉਮੀਦਵਾਰ ਉੱਤਰ ਪ੍ਰਦੇਸ਼ ਦਾ ਅਤੇ 7 ਹਰਿਆਣਾ ਦੇ ਵੀ ਸਨ। ਸਾਲ 2022 ਵਿੱਚ ਭਰਤੀ ਕੀਤੇ 429 ਉਮੀਦਵਾਰਾਂ 'ਚੋਂ 76 ਉਮੀਦਵਾਰ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਸਨ। ਹਾਲ ਹੀ ਵਿੱਚ ਭਰਤੀ ਕੀਤੇ 670 ਮਾਲ ਪਟਵਾਰੀਆਂ ਵਿੱਚ 3 ਹਰਿਆਣਾ ਦੇ ਅਤੇ 3 ਰਾਜਸਥਾਨ ਦੇ ਉਮੀਦਵਾਰ ਵੀ ਕਾਮਯਾਬ ਹੋਏ ਹਨ। ਬੋਰਡ ਦੀ ਭਰਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਹਰ ਸਰਕਾਰ ਵੇਲੇ ਹੀ ਦੂਸਰੇ ਸੂਬਿਆਂ ਦੇ ਉਮੀਦਵਾਰਾਂ ਦੀ ਭਰਤੀ ਹੁੰਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਿਛਲੇ ਦਿਨੀ ਦਾਅਵਾ ਕੀਤਾ ਸੀ ਕਿ ਪਾਵਰਕੌਮ ਵੱਲੋਂ ਭਰਤੀ ਕੀਤੇ 1370 ਲਾਈਨਮੈਨਾਂ 'ਚੋਂ 534 ਹਰਿਆਣਾ ਦੇ ਅਤੇ 94 ਰਾਜਸਥਾਨ ਦੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਭਰਤੀ ਕੀਤੇ ਗਏ 379 ਵੈਟਰਨਰੀ ਇੰਸਪੈਕਟਰਾਂ 'ਚੋਂ 170 ਇੰਸਪੈਕਟਰ ਦੂਜੇ ਸੂਬਿਆਂ ਦੇ ਸਨ। ਪੰਜਾਬ ਸਰਕਾਰ ਵੱਲੋਂ ਬਹੁਤੀਆਂ ਭਰਤੀਆਂ ਦੀ ਪ੍ਰੀਖਿਆ ਵਿੱਚ ਪੰਜਾਬੀ ਭਾਸ਼ਾ ਦਾ ਪੇਪਰ ਵੀ ਰੱਖਿਆ ਗਿਆ ਹੈ, ਜਿਸ 'ਚੋਂ 30 ਨੰਬਰ ਲੈਣੇ ਲਾਜ਼ਮੀ ਕਰਾਰ ਕੀਤੇ ਹੋਏ ਹਨ। SSS ਬੋਰਡ ਨੇ ਲੰਘੇ 17.5 ਸਾਲਾਂ ਦੌਰਾਨ ਸਭ ਤੋਂ ਵੱਧ 7480 ਕਲਰਕ ਕੰਮ ਡਾਟਾ ਐਂਟਰੀ ਓਪਰੇਟਰ ਭਰਤੀ ਕੀਤੇ ਹਨ, ਜੋ ਕਿ ਕੁੱਲ ਕੀਤੀ ਭਰਤੀ ਦਾ ਕਰੀਬ 42% ਹਨ। ਬੋਰਡ ਨੇ ਇਸ਼ਤਿਹਾਰ ਨੰਬਰ 5/16 ਤਹਿਤ 214 ਡਰਾਈਵਰ ਭਰਤੀ ਕਰਨੇ ਸਨ। ਹੁਣ ਤੱਕ ਸਿਰਫ 69 ਡਰਾਈਵਰਾਂ ਦੀ ਹੀ ਸਿਫਾਰਸ਼ ਕੀਤੀ ਹੈ, ਜਦੋਂ ਕਿ 145 ਡਰਾਈਵਰਾਂ ਦਾ ਨਿਪਟਾਰਾ 7.5 ਸਾਲਾਂ ਮਗਰੋਂ ਵੀ ਨਹੀਂ ਕੀਤਾ ਜਾ ਸਕਿਆ ਹੈ। ਇਸ ਤਰ੍ਹਾਂ ਸਾਲ 2022 ਤੋਂ 939 ਕਲਰਕ ਕੰਮ ਡਾਟਾ ਐਂਟਰੀ ਓਪਰੇਟਰ ਦਾ ਮਾਮਲਾ ਵੀ ਕਿਸੇ ਤਣ ਪੱਤਣ ਨਹੀਂ ਲੱਗ ਸਕਿਆ ਹੈ। ਭਰਤੀ ਖਿਲਾਫ਼ 181 ਕੇਸ ਅਦਾਲਤਾਂ 'ਚ ਪੈਂਡਿੰਗ। SSS ਬੋਰਡ ਵੱਲੋਂ ਸਾਲ 2006 ਤੋਂ ਹੁਣ ਤੱਕ ਕੀਤੀ ਭਰਤੀ ਦੇ ਖਿਲਾਫ਼ ਕਰੀਬ 181 ਕੇਸ ਅਦਾਲਤਾਂ ਵਿੱਚ ਪੈਂਡਿੰਗ ਪਏ ਹਨ, ਜਿਨ੍ਹਾਂ 'ਚੋਂ ਕਈ ਕੇਸਾਂ ਕਰਕੇ ਭਰਤੀ ਲਟਕੀ ਹੋਈ ਹੈ। ਸਾਲ 2013 ਵਿੱਚ ਭਰਤੀ ਕੀਤੇ 1400 ਕਲਰਕਾਂ ਦੇ ਮਾਮਲੇ ਨੂੰ ਲੈ ਕੇ 17 ਕੇਸ ਅਦਾਲਤਾਂ ਵਿੱਚ ਪੈਂਡਿੰਗ ਪਏ ਹਨ। ਵਰ੍ਹਾ 2006 ਵਿੱਚ ਭਰਤੀ ਕੀਤੇ ਆਰਟ ਐਂਡ ਕਰਾਫਟ ਟੀਚਰਾਂ ਦੀ ਭਰਤੀ ਖਿਲਾਫ਼ ਵੀ 1 ਕੇਸ 17.5 ਸਾਲਾਂ ਮਗਰੋਂ ਵੀ ਪੈਂਡਿੰਗ ਪਿਆ ਹੈ। 2012 ਵਿੱਚ ਸਕੂਲ ਲਾਈਬ੍ਰੇਰੀਅਨਾਂ ਦੀ ਭਰਤੀ ਹੋਈ, ਜਿਸ ਦੇ ਖਿਲਾਫ਼ 6 ਮਾਮਲੇ ਅਦਾਲਤਾਂ ਵਿੱਚ ਬਕਾਇਆ ਪਏ ਹਨ। ਸਭ ਤੋਂ ਵੱਧ 2015 ਵਿੱਚ ਬੋਰਡ ਨੇ ਭਰਤੀ ਕੀਤੇ ਖੇਤੀਬਾੜੀ ਉਪ ਨਿਰੀਖਿਅਕ, ਕਲਰਕ, ਸਹਾਇਕ ਸੁਪਰੀਡੈਂਟ, ਲੇਬਰ ਇੰਸਪੈਕਟਰ, ਡਿਪਟੀ ਰੇਂਜਰ ਆਦਿ ਖਿਲਾਫ਼ 69 ਕੇਸ ਅਦਾਲਤਾਂ ਵਿੱਚ ਪੈਂਡਿੰਗ ਪਏ ਹਨ। 2021 ਵਿੱਚ ਭਰਤੀ ਕੀਤੇ ਮਾਲ ਪਟਵਾਰੀਆਂ ਖਿਲਾਫ਼ ਵੀ 15 ਕੇਸ ਅਦਾਲਤਾਂ ਵਿੱਚ ਹਨ। ਇਹ ਸੀ ਉੱਘੇ ਪੱਤਰਕਾਰ ਚਰਨਜੀਤ ਭੁੱਲਰ ਜੀ ਦੀ ਰਿਪੋਰਟ। ਧੰਨਵਾਦ।